YouTube ਦੇ ਉੱਤੇ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਚੈਨਲ ਆ ਜਿਹੜੇ ਵੈਦਰ ਦੀ ਨਿਊਜ਼ ਨੂੰ ਪ੍ਰੋਵਾਈਡ ਕਰਦੇ ਆ ਆਪਣੇ ਪੈਨਾ ਤੱਕ ਆਪਣੇ ਭਰਾਵਾਂ ਤੱਕ ਪਰ ਜ਼ਿਆਦਾਤਰ ਉਹਦੇ ਵਿੱਚ ਸਿਰਫ ਇੱਕ ਵਿਊ ਲੈਣ ਵਾਲੇ ਹੀ ਹੁੰਦੇ ਆ ਤੁਸੀਂ ਸਾਡੇ ਚੈਨਲ ਤੇ ਜਗੇ ਇੱਕ ਚੀਜ਼ ਚੈੱਕ ਆਊਟ ਕਰ ਸਕਦੇ ਹੋ ਅਸੀਂ ਜੋ ਇਨਫੋਰਮੇਸ਼ਨ ਹੁੰਦੀ ਹੈ ਜਸਟ ਉਹੀ ਅਪਲੋਡ ਕਰਦੇ ਆਂ ਕੱਲ ਰਾਤ ਆਪਾਂ 7:00 ਵਜੇ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਸ ਵਿੱਚ ਆਪਾਂ ਦੱਸਿਆ ਸੀ ਕਿ 3 ਵਜੇ ਤੋਂ ਬਾਅਦ ਇਨ੍ਹਾਂ ਹੀ ਨਾ ਇਲਾਕਿਆਂ ਦੇ ਵਿੱਚ ਸਿਰਫ 5 ਤੋਂ 10 ਮਿੰਟ ਦੇ ਸ਼ਰਾਟੇ ਆਉਣ ਦੀ ਉਮੀਦ ਹੈਗੀ ਹੈ ਤੇ ਉਹੀ ਗੱਲ ਹੈ ਜੀ 5 ਤੋਂ 10 ਮਿੰਟ ਸ਼ਰਾਟੇ ਆਪਾਂ ਨੂੰ ਮੀਂਹ ਦੇ ਜ਼ਰੂਰ ਦੇਖਣ ਨੂੰ ਮਿਲਿਆ ਇਨ੍ਹਾਂ ਇਲਾਕਿਆਂ ਦੇ ਵਿੱਚ ਜੋ ਇਲਾਕੇ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਜੇਕਰ ਤੁਸੀਂ ਵੀ ਡੇਲੀ ਇੱਕ ਵੈਦਰ ਦੀ ਨਿਊਜ਼ ਲੈਣਾ ਚਾਹੁੰਦੇ ਹੋ ਜਾਂ ਫਿਰ ਇਸ ਤੋਂ ਇਲਾਵਾ ਜੋ ਵੀ ਪੰਜਾਬ ਦੇ ਵਿੱਚ ਨਵਾਂ ਅਲਰਟ ਆਉਂਦਾ ਹੈ ਚਾਹੇ ਉਹ ਐਜੂਕੇਸ਼ਨ ਨੂੰ ਲੈ ਕੇ ਹੋਵੇ ਕਿਸਾਨਾਂ ਨੂੰ ਲੈ ਕੇ ਹੋਵੇ ਜਾਂ ਫਿਰ ਆਪਣੀਆਂ ਭੈਣਾਂ ਨੂੰ ਜਾਂ ਫਿਰ ਆਪਣੇ ਮਾਤਾ ਜੀ ਨੂੰ ਉਹਨਾਂ ਨੂੰ ਕੋਈ ਵੀ ਸਕੀਮ ਆਉਂਦੀ ਆ ਅਸੀਂ ਸਭ ਤੋਂ ਪਹਿਲਾਂ ਇਸੇ ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖਿਓ ਨੀਚੇ ਤੁਹਾਨੂੰ ਇੱਕ ਰੈੱਡ ਕਲਰ ਦਾ ਐਸ ਯੂ ਬੀ ਐਸ ਵਾਲਾ ਬਟਨ ਦਿਖਾਈ ਦੇ ਰਿਹਾ ਤੁਸੀਂ ਜਸਟ ਕਲਿੱਕ ਕਰਨਾ ਹੈ ਨੋਟੀਫਿਕੇਸ਼ਨ ਨੂੰ ਔਨ ਕਰਨਾ ਹੈ ਤਾਂ ਤੁਹਾਡੇ ਤੱਕ ਸਾਡੀ ਵੀਡੀਓ ਪਹੁੰਚ ਜਾਊਗੀ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਡੀ ਗੱਲ ਇਹ ਜ਼ਰੂਰ ਮੰਨੀ ਹੋਵੇਗੀ ਕਿਉਂਕਿ ਅਸੀਂ ਲੋਕਾਂ ਤੋਂ ਹਟ ਕੇ ਕੁਝ ਕਰਨਾ ਚਾਹੁੰਦੇ ਹਾਂ ਕਿਉਂਕਿ ਪੰਜੇ ਉਂਗਲਾਂ ਸੇਮ ਨਹੀਂ ਹੁੰਦੀਆਂ ਔਰ ਨਾ ਹੀ ਸੱਤੇ ਪਾਸ਼ਾ ਵਾਹਿਗੁਰੂ ਨੇ ਪੰਜੇ ਉਂਗਲਾਂ ਸੇਮ ਬਣਾਈਆਂ ਹੈ। ਵੈਦਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਾਣੀ ਤੋਂ 10 ਮਿੰਟ ਦੇ ਸ਼ਰਾਟੇ ਹੀ ਆਪਾਂ ਨੂੰ ਮੀਂਹਾਂ ਦੇ ਦੇਖਣ ਨੂੰ ਮਿਲਣਗੇ ਅੱਜ ਦੇ ਦਿਨ 'ਚ ਵੀ ਜੋ ਕਿ ਅੱਜ ਦੁਪਹਿਰ 12 1 2 ਵਜੇ ਤੋਂ ਬਾਅਦ ਫਰੀਦਕੋਟ ਮੁਕਸਰ ਵਾਲੇ ਕਹਿੰਦੇ ਸੀ ਕਿ ਮੀਂਹ ਨਹੀਂ ਪੈਂਦਾ ਲੋ ਜੀ ਵਾਹਿਗੁਰੂ ਨੇ ਤੁਹਾਡੇ ਤੇ ਵੀ ਕਿਰਪਾ ਕਰਤੀ ਹੈ। ਹਾਂ ਤੁਸੀਂ ਵੀ ਰੱਬ ਦਾ ਨਾਮ ਜਪਿਆ ਕਰੋ ਕਿਉਂਕਿ ਇਸ ਵਾਰ ਫਰੀਦਕੋਟ ਬਠਿੰਡਾ ਫਰੋਇਪਰੀ ਇਹੋ ਜੇ ਇਲਾਕੇ ਜਿਨ੍ਹਾਂ ਦੇ ਵਿੱਚ ਮੀਂਹ ਬਹੁਤ ਘੱਟ ਦੇਖਣ ਨੂੰ ਮਿਲਿਆ ਹੈ ਮਾਝਾ ਏਰੀਆ ਦੀ ਫਾਲੋ ਕਰ ਪਾਏ ਕਿਉਂ ਫਾਲੋ ਕਰ ਪਾਏ ਮਾਝੀ ਏਰੀਆ ਦੇ ਕਿਉਂਕਿ ਮਾਝੀ ਏਰੀਆ ਦੇ ਦਿਲਾਂ ਦੇ ਵਿੱਚ ਖੋਟ ਨਹੀਂ ਹੁੰਦੀ ਉਹ ਰੱਬ ਨੂੰ ਬਹੁਤ ਜ਼ਿਆਦਾ ਮੰਨਦੇ ਆ ਤੇ ਹਮੇਸ਼ਾ ਰੱਬ ਦੇ ਬੰਦਿਆਂ ਦੀ ਸਪੋਰਟ ਕਰਦੇ ਆ ਥੋੜਾ ਜਿਹਾ ਮਾਲਵੇ ਏਰੀਆ ਦੇ ਸਾਡੇ ਏਰੀਆ ਦੇ ਵਿੱਚ ਥੋੜੇ ਤਾਂ ਹੈਗੇ ਆ ਲੋਕ ਪਰ ਇਸ ਵਾਰ ਉਹਨਾਂ ਨੇ ਸਰਬਜੀਤ ਖਾਲਸਾ ਨੂੰ ਜਿਤਾ ਕੇ ਬਹੁਤ ਸਪੋਰਟ ਕੀਤੀ ਹੈ ਪਰਾਪਕੈਸੇ ਪਾਰਟੀ ਨੂੰ ਸਪੋਰਟ ਨਹੀਂ ਕਰਦੇ ਸਿਰਫ ਅਪਰ ਰੱਬ ਨੂੰ ਸਪੋਰਟ ਕਰਦੇ ਆ ਕਿ ਰੱਬ ਨੂੰ ਜਾਨ ਸਾਰਿਆਂ ਨੂੰ ਦੇਣੀ ਹੈ ਚਾਹੇ ਕੋਈ ਪੋਲੀਟਿਸ਼ੀਅਨ ਚਾਹੇ ਕੋਈ ਆਮ ਘਰ ਦਾ ਬੰਦਾ ਹੈ ਚਾਹੇ ਕੋਈ ਅਮੀਰ ਘਰ ਦਾ ਬੰਦਾ ਹੈ ਸੋ ਉਸ ਵਾਹਿਗੁਰੂ ਦਾ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਸਵੇਰ ਸ਼ਾਮ ਉੱਠ ਕੇ ਜਿਨੇ ਬਹੁਤ ਸੋਹਣੀ ਜ਼ਿੰਦਗੀ ਦਿੱਤੀ ਹੈ ਜਿਨਾਂ ਨੂੰ ਨਹੀਂ ਸੋਹਣੀ ਜ਼ਿੰਦਗੀ ਦਿੱਤੀ ਉਹ ਪਾਠ ਕਰਿਆ ਕਰੋ ਰੱਬ ਸੋਹਣੀ ਜ਼ਿੰਦਗੀ ਆਪੇ ਬਣਾ ਦੇਵੇਗਾ ਧੰਨਵਾਦ